ਸਤਿ ਸ਼੍ਰੀ ਅਕਾਲ ਦੋਸਤੋ, ਲੈ ਕੇ ਹਾਜ਼ਰ ਹੋ ਚੁੱਕਿਆਂ ਤੁਹਾਡੇ ਲਈ ਇੱਕ ਹੋਰ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਵੀਡੀਓ। ਇਸ ਵੀਡੀਓ ਵਿੱਚ ਗੱਲਬਾਤ ਕਰਾਂਗੇ ਕੈਨੇਡਾ ਸਰਕਾਰ ਵੱਲੋਂ ਜੋ ਦੋ ਨਵੇਂ ਅਪਡੇਟ ਲੈ ਕੇ ਆਉਂਦੇ ਨੇ ਉਹਨਾਂ ਬਾਰੇ ਗੱਲਬਾਤ ਕਰਾਂਗੇ, ਤਾਂ ਵੀਡੀਓ ਲਾਸਟ ਤੱਕ ਜ਼ਰੂਰ ਦੇਖਣਾ। ਜੇਕਰ ਚੈਨਲ 'ਤੇ ਨਵੇਂ ਤਾਂ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਅਤੇ ਬੈੱਲ ਆਈਕਨ ਜ਼ਰੂਰ ਦਬਾ ਲੈਣਾ। ਤਾਂ ਬਿਨਾਂ ਤੁਹਾਡਾ ਸਮਾਂ ਬਰਬਾਦ ਕੀਤੇ ਚਲੋ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਜੋ ਅਪਡੇਟ ਆ ਰਹੀ ਹੈ ਉਹ ਅੰਟਾਰੀਓ ਪ੍ਰੋਵਿੰਸ ਤੋਂ ਆ ਰਹੀ ਹੈ। ਅੰਟਾਰੀਓ ਪ੍ਰੋਵਿੰਸ ਨੂੰ 2032 ਤੱਕ 33,200 ਨਰਸਾਂ ਦੀ ਲੋੜ ਹੈ ਅਤੇ 50,853 ਪਰਸਨਲ ਸਪੋਰਟ ਵਰਕਰਾਂ ਦੀ ਲੋੜ ਹੈ। ਅਤੇ ਜੋ ਵੀ ਇਸ ਕਿੱਤੇ ਵਿੱਚ ਸਟੱਡੀ ਕਰ ਰਹੇ ਆ, ਜੋ ਵੀ ਇਸ ਕਿੱਤੇ ਵਿੱਚ ਜਿਨ੍ਹਾਂ ਕੋਲ ਆਲਰੇਡੀ ਡਿਗਰੀ ਜਾਂ ਡਿਪਲੋਮਾ ਹੈ, ਤਾਂ ਉਹਨਾਂ ਨੂੰ ਇਹ ਬਹੁਤ ਜ਼ਿਆਦਾ ਫਾਇਦੇਮੰਦ ਹੋ ਸਕਦਾ ਹੈ। ਅਤੇ ਇਹਨਾਂ ਨੂੰ ਵੀ ਕੈਟੇਗਰੀਜ਼ ਵਾਈਜ਼ ਜੋ ਵੰਡਿਆ ਹੈ। ਸਭ ਤੋਂ ਪਹਿਲਾਂ ਗੱਲ ਕਰੀਏ ਨਰਸਾਂ ਦੀ, ਤਾਂ 2022 ਵਿੱਚ ਪ੍ਰੋਵਿੰਸ ਨੂੰ 6,000 ਨਰਸਾਂ ਦੀ ਲੋੜ ਸੀ, 2023 ਵਿੱਚ 10,110 ਦੀ ਲੋੜ ਸੀ, ਅਤੇ ਇਸ ਸਾਲ 20,700 ਅਡੀਸ਼ਨਲ ਨਰਸਾਂ ਦੀ ਲੋੜ ਹੈ, ਜੋ ਕਿ 2032 ਤੱਕ 33,200 ਇਹਨਾਂ ਨੇ ਕੋਟਾ ਜੋ ਹੈ ਉਹ ਪੂਰਾ ਕਰਨਾ ਹੈ। ਜੇਕਰ ਪਰਸਨਲ ਸਪੋਰਟ ਵਰਕਰਾਂ ਦੀ ਗੱਲ ਕਰੀਏ ਤਾਂ 24,100 2022 ਵਿੱਚ ਸੀ ਲੋੜ, 30,900 2023 ਵਿੱਚ, ਅਤੇ ਇਸ ਸਾਲ ਜੋ ਹੈ ਉਹ 37,700 ਲੋੜ ਹੈ, ਜੋ ਕਿ ਵੱਧ ਕੇ 48,977 ਹੋਣੀ ਚਾਹੀਦੀ ਹੈ 2027 ਤੱਕ, ਅਤੇ 2032 ਤੱਕ 50,853 ਪਬਲਿਕ ਸਪੋਰਟ ਵਰਕਰਾਂ ਜੋ ਹੈ ਉਹ ਲੋੜ ਹੋਣੀ ਚਾਹੀਦੀ ਹੈ। ਇਹ ਪੂਰੇ ਕਰਨੇ ਹੈ ਸਿਰਫ ਅੰਟਾਰੀਓ ਪ੍ਰੋਵਿੰਸ ਵਿੱਚ ਇੰਨੇ ਜੋ ਕੋਟੇ ਨੇ। ਅਤੇ ਜੇਕਰ ਤੁਹਾਡੇ ਕੋਲ ਇਹ ਗੱਲ ਕਲੀਅਰ ਕਰ ਦੇਣੀ ਚਾਹੁੰਦੇ ਕਿ ਜੇਕਰ ਤੁਹਾਡੇ ਕੋਲ ਆਊਟਸਾਈਡ ਕੈਨੇਡਾ ਡਿਪਲੋਮਾ ਹੈ ਜਾਂ ਡਿਗਰੀ ਹੈ, ਤਾਂ ਉਹਨੂੰ ਪ੍ਰੋਪਰ ਰੈਕਗਨੀਸ਼ਨ ਚਾਹੀਦੀ ਹੈ। ਉਹ ਪ੍ਰੋਪਰ ਰੈਕਗਨੀਸ਼ਨ ਤੁਸੀਂ ਕਰਵਾਉਣੀ ਹੈ, ਤਾਂ ਹੀ ਤੁਹਾਨੂੰ ਇਸ ਪ੍ਰੋਗਰਾਮ ਅਧੀਨ ਫਾਇਦਾ ਹੋਵੇਗਾ, ਅਤੇ ਤਾਂ ਹੀ ਤੁਹਾਨੂੰ ਇਸ ਜੋ ਹੈ ਉਹ ਪ੍ਰੋਗਰਾਮ ਵਿੱਚ ਤੁਹਾਨੂੰ ਅੱਗੇ ਫਾਇਦਾ ਹੋਵੇਗਾ। ਤਾਂ ਅੱਗੇ ਸੈਕਿੰਡ ਅਪਡੇਟ ਵੱਲ ਚੱਲ ਰਹੇ ਹਾਂ, ਉਹ ਐਕਸਪ੍ਰੈਸ ਐਂਟਰੀ ਨਾਲ ਰਿਲੇਟਡ ਹੈ। ਇਹ ਕਾਫੀ ਇੰਪੋਰਟੈਂਟ ਅਪਡੇਟ ਹੈ। ਕੈਨੇਡਾ ਦੀਆਂ ਦੋ ਇੰਸਟੀਟਿਊਸ਼ਨ ਨੇ, ਇੱਕ ਤਾਂ ਸੀ ਡੀ ਹਾਓ ਇੰਸਟੀਟਿਊਟ ਹੈ, ਇੱਕ ਬ੍ਰਿਟਿਸ਼ ਕਾਊਂਸਲ ਆਫ ਐਲਬਰਟਾ ਇੰਸਟੀਟਿਊਟ ਹੈ। ਇਹਨਾਂ ਨੇ ਸਰਵੇ ਕਰਿਆ ਸੀ ਐਕਸਪ੍ਰੈਸ ਐਂਟਰੀ 'ਤੇ। ਪਹਿਲਾਂ ਕੀ ਹੁੰਦਾ ਸੀ, ਐਜੂਕੇਸ਼ਨ 'ਤੇ, ਏਜ 'ਤੇ, ਲੈਂਗੁਏਜ 'ਤੇ, ਐਕਸਪੀਰੀਅੰਸ 'ਤੇ ਉਹਨਾਂ ਨੂੰ ਪ੍ਰੈਫਰ ਕਰਿਆ ਜਾਂਦਾ ਸੀ ਇਸ ਪ੍ਰੋਗਰਾਮ ਅਧੀਨ, ਪਰ ਹੁਣ ਉਹਨਾਂ ਨੇ ਜੋ ਨਵੇਂ ਲਾਗੂ ਕਰੇ ਨਿਯਮ ਨੇ ਉਹਨਾਂ ਦੇ ਅਧੀਨ ਉਹਨਾਂ ਨੇ ਜੋ ਹੈ ਉਹ ਆਪਣਾ ਸਰਵੇ ਕੀਤਾ ਹੈ। ਤਾਂ ਉਹਨਾਂ ਨੇ ਇਹ ਰੈਕਮੈਂਡੇਸ਼ਨ ਪਾਈਆਂ ਨੇ ਸਰਕਾਰ ਨੂੰ। ਪਹਿਲੀ ਹੈ ਕਿ ਜਿਹੜੇ ਉਹ ਕੈਟੇਗਰੀ ਬੇਸਡ ਸਿਲੈਕਸ਼ਨ ਕਰਦੇ ਸੀ, ਉਹਨਾਂ ਨੇ ਦੱਸਿਆ ਕਿ ਇਹ ਲੌਂਗ ਟਰਮ ਵਾਸਤੇ ਸਹੀ ਨਹੀਂ ਹੈ, ਸ਼ੋਰਟ ਟਰਮ ਵਾਸਤੇ ਠੀਕ ਹੈ ਕਿ ਜੇਕਰ ਤੁਸੀਂ ਕੋਟੇ ਪੂਰੇ ਕਰਨੇ ਹਨ ਕਿਸ ਵੀ ਫੀਲਡ ਵਿੱਚ ਵਰਕਰਾਂ ਦੇ, ਤਾਂ ਤੁਹਾਡੇ ਲਈ ਇਹ ਫਾਇਦੇਮੰਦ ਹੋ ਸਕਦਾ ਸ਼ੋਰਟ ਟਰਮ ਲਈ, ਪਰ ਲੌਂਗ ਟਰਮ ਇਹ ਬਹੁਤ ਜ਼ਿਆਦਾ ਜੋ ਹੈ ਉਹ ਹਾਨੀਕਾਰਕ ਹੋ ਸਕਦਾ ਹੈ। ਕਿਉਂਕਿ ਜੇਕਰ ਤੁਸੀਂ ਇੱਕ ਕੋਟੇ ਵਿੱਚ ਹੁਣ ਉਹਨਾਂ ਵਰਕਰਾਂ ਦੀ ਲੋੜ ਹੈ, ਹੁਣ ਉਹਨਾਂ ਉਹ ਕੋਟਾ ਤੁਸੀਂ ਭਰ ਲਓਗੇ, ਤਾਂ ਅੱਗੇ ਜਾ ਕੇ ਉਸ ਕੋਟੇ ਵਿੱਚ ਜੇ ਜ਼ਰੂਰਤ ਨਹੀਂ ਰਹੀ, ਤਾਂ ਉਹਨਾਂ ਵਾਸਤੇ ਕੋਈ ਵੀ ਫਾਇਦਾ ਨਹੀਂ ਹੋਵੇਗਾ, ਅਤੇ ਸਰਕਾਰ ਦਾ ਵੀ ਇਸ ਵਿੱਚ ਘਾਟਾ ਹੈ। ਸੈਕਿੰਡ, ਉਹਨਾਂ ਨੇ ਕਿਹਾ ਕਿ ਲੈਂਗੁਏਜ ਸਕਿੱਲਸ ਨੇ ਉਹਨਾਂ ਨੂੰ ਇੰਪੋਰਟੈਂਸ ਦੇਣੀ ਪੈਣੀ ਹੈ ਤੁਹਾਨੂੰ ਇਸ ਜੋ ਹੈ ਐਕਸਪ੍ਰੈਸ ਐਂਟਰੀ ਵਿੱਚ, ਕਿਉਂਕਿ ਜਿੱਦਾਂ ਆਸਟ੍ਰੇਲੀਆ ਕਰ ਰਿਹਾ ਹੈ ਉੱਦਾਂ ਹੀ ਤੁਹਾਨੂੰ ਵੀ ਇੰਗਲਿਸ਼ ਦੀ ਪ੍ਰੋਫੀਸ਼ੀਐਂਸੀ, ਹੋਰ ਕਿਸੇ ਲੈਂਗੁਏਜ ਵਿੱਚ ਜੇ ਕਿਸੇ ਦੀ ਪ੍ਰੋਫੀਸ਼ੀਐਂਸੀ ਵਧੀਆ, ਤਾਂ ਉਸਨੂੰ ਤੁਸੀਂ ਉਹਨਾਂ ਦੀ ਇਸ ਆਧਾਰ 'ਤੇ ਉਹਨਾਂ ਨੂੰ ਇਸ ਪ੍ਰੋਗਰਾਮ ਵਿੱਚ ਉਹਨਾਂ ਨੂੰ ਤੁਸੀਂ PR ਦੇਣੀ ਹੈ। ਥਰਡ, ਜੋ ਉਹਨਾਂ ਨੇ ਰੈਕਮੈਂਡੇਸ਼ਨ ਦਿੱਤੀ ਹੈ ਕਿ ਜਿਹੜੇ ਹਾਈ ਸਕਿੱਲਡ ਵਰਕਰ ਨੇ, ਜਿਨ੍ਹਾਂ ਕੋਲ ਕਾਫੀ ਵਧੀਆ ਸਕਿੱਲਸ ਨੇ, ਉਹਨਾਂ ਜੋ CRS ਜੋ CR ਸਕੋਰ ਹੈ ਉਹ ਪੂਰਾ ਨਹੀਂ ਕਰ ਪਾਉਂਦੇ ਕਈ ਵਾਰ, ਤਾਂ ਉਹਨਾਂ ਦੀ ਸਕਿੱਲਸ ਦੇ ਹਿਸਾਬ ਨਾਲ ਉਹਨਾਂ ਨੂੰ ਪੁਆਇੰਟ ਮਿਲਣੇ ਚਾਹੀਦੇ ਆ। ਜਿੰਨੇ ਹਾਈ ਉਹਨਾਂ ਦੀਆਂ ਸਕਿੱਲਸ ਨੇ, ਉਨੇ ਉਹਨਾਂ ਨੂੰ CR ਸਕੋਰ ਮਿਲਣੇ ਚਾਹੀਦੇ ਆ, ਤਾਂ ਕਿ ਉਹਨਾਂ ਨੂੰ PR ਲੈਣ ਵਿੱਚ ਕੋਈ ਦਿੱਕਤ ਨਾ ਆਵੇ। ਅਤੇ ਚੌਥਾ ਜੋ ਉਹ ਕਰੰਟ ਇੰਪਲੋਇਮੈਂਟ ਅਰਨਿੰਗ, ਜਿੰਨੀ ਕੁ ਕਿਸੇ ਇੰਪਲੋਈ ਦੀ ਹੁਣ ਅਰਨਿੰਗ ਹੈ, ਉਸ ਦੇ ਹਿਸਾਬ ਨਾਲ ਉਹਨਾਂ ਨੂੰ ਪੁਆਇੰਟ ਦੇਣੇ ਚਾਹੀਦੇ ਆ, ਕਿ ਜੋ ਫਿਊਚਰ ਵਿੱਚ ਉਹਨਾਂ ਦੀ ਅਰਨਿੰਗ ਕਿੰਨੀ ਹੋ ਸਕਦੀ ਹੈ, ਉਸ ਦੇ ਹਿਸਾਬ ਨਾਲ ਉਹਨਾਂ ਨੂੰ ਪੁਆਇੰਟ ਦੇਣੇ ਚਾਹੀਦੇ, ਤਾਂ ਕਿ ਉਹਨਾਂ ਨੂੰ PR ਵਿੱਚ ਸੌਖ ਹੋ ਸਕੇ। ਤਾਂ ਇਹ ਜੋ ਅਪਡੇਟ ਹੈ, ਇਹਨਾਂ 'ਤੇ ਜਲਦੀ ਅਪਡੇਟ ਆ ਸਕਦਾ। ਕੈਨੇਡਾ ਸਰਕਾਰ ਵੱਲੋਂ ਇਹ ਰੈਕਮੈਂਡੇਸ਼ਨਾਂ ਇੰਸਟੀਟਿਊਟ ਵੱਲੋਂ ਸਰਕਾਰ ਨੂੰ ਪਾਈਆਂ ਗਈਆਂ ਨੇ।
ਤਾਂ ਇਹ ਸੀ ਅੱਜ ਦੀ ਵੀਡੀਓ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ, ਕਿਉਂਕਿ ਹੋਰਾਂ ਨੂੰ ਵੀ ਇਸ ਨੌਲੇਜ ਬਾਰੇ ਪਤਾ ਚੱਲ ਸਕੇ। ਅਤੇ ਜੇਕਰ ਚੈਨਲ 'ਤੇ ਨਵੇਂ ਸਬਸਕ੍ਰਾਈਬ ਕਰ ਲੈਣਾ, ਇਸ ਨਾਲ ਸਾਨੂੰ ਵੀ ਮੋਟੀਵੇਸ਼ਨ ਮਿਲੇਗੀ। ਅਤੇ ਜੇ ਕਮੈਂਟਾਂ ਵਿੱਚ ਤੁਹਾਨੂੰ ਕੋਈ ਵੀ ਜਾਣਕਾਰੀ ਲੋੜ ਹੈ ਤਾਂ ਸਾਨੂੰ ਜ਼ਰੂਰ ਦੱਸਣਾ। ਤਾਂ ਜਲਦੀ ਮਿਲਦੇ ਹਾਂ ਅਗਲੀ ਵੀਡੀਓ ਵਿੱਚ। ਧੰਨਵਾਦ।